अब मैरिज हुई है, रिश्ता होना ही है जी, लव तो पहले ही हो गया था भाई। बड़ी टोर शोर कट के आए हो यार, त्यार शर हो के आए हो, लब्बी कोई? लब ली जी। कौन लब्बी? तुसी लब्बे सी। दिल दुल तो टुटो होएगा यार, यूनिवर्सिटी के बीच सवेरे जुड़ जांदा शाम नु टुट जांदा। तोड़ा मूड बहुत खराब है यार, मूड सेट करो अपने दोस्त दा यार, किवें सेट करोगे तुसी? वो कर सकदे जी। लड़ाइयां किनियां की हुंदियां भाभी? कोई नहीं लड़ाई है, इस करके बोल रहा सामने कैमरा है, सामने हाथ में जाके इंटरव्यू बाद देखे बेलने ही पैणे है। ਕੀ ਹਾਲ ਚਾਲ ਹੈ ਸਾਰੇ? ਵਧੀਆ ਜੀ ਵਧੀਆ, ਤੁਸੀਂ ਦੱਸੋ ਜੀ? ਮੈਂ ਬਿਲਕੁਲ ਵਧੀਆ, ਕੈਂਟ ਹੋ ਗਈ ਆ ਪੀਯੂ ਆ ਕੇ ਇੰਨਾ ਵਧੀਆ ਕਰਾਊਡ ਦੇਖ ਕੇ। ਕੀ ਕਰਦੇ ਹੋ ਤੁਸੀਂ ਸਾਰੇ? ਵਿਲੇ ਜੀ, ਪਾਸ ਆਊਟ ਹੈ ਜੀ, ਇੱਧਰ ਤੇ ਹੀ ਪਾਸ ਆਊਟ ਹੈ ਯੂਨੀਵਰਸਿਟੀ ਦਾ। ਹਾਂਜੀ। ਤੇ ਯਾਰ ਕੋਈ ਕੰਮ ਧੰਦਾ ਨਹੀਂ ਲੱਭਿਆ ਤੁਸੀਂ ਇੱਥੇ ਗੇੜੀਆਂ ਮਾਰ? ਜੋਬ ਵੀ ਕਰ ਰਹੇ ਆ, ਬਾਕੀ ਉਹਦੇ ਤੇ ਬਗੈਰ ਜੀ ਮਾਹੌਲ ਇਹ ਜਿਹਾ ਇੱਧਰ ਤਾਂ ਮਨ ਨਹੀਂ ਲੱਗਦਾ ਕਿਤੇ ਜਾ ਕੇ। ਅੱਛਾ। ਹਾਂਜੀ, ਕੰਮ ਧੰਦਾ ਛੱਡ ਕੇ ਖੜੇ ਆ ਇੱਥੇ ਜੀ। अच्छा, मैं पीयू दा ये जरूर सुनिया कि जड़ा एक बार इत्थे आ जांदा है ना, वो वापस नहीं निकल सकता इधरों, है ना? ए ए की हिसाब है, थोड़ा समझाओ। कि गाना जरूर सुनिया होना तुसी जी, मावां वांगू पाल दिया पीयू पुत्तां नू, आ ये माई है जी, पाल रही है बच्चियां नू वधिया तरीके नाल, बच्चे आंदे ने उरे, जाण दा मन ही नहीं करदा, मिट्टी च खुशबू ही है जी इत्थे दी। हां, अच्छा। हां जी, ते हुण वी सारे फ्रेंड्स जिहड़े पहले इकट्ठे पढ़दे सी उह सारे मिलदे ने? सारे ही मिलदे ने जी। अच्छा। हां जी, गपशप पूरी बजदी है इत्थे, ਵਧੀਆ ਮਾਹੌਲ ਹੈ ਤੇ ਜੀ ਨਹੀਂ ਕਰਦਾ ਘਰੇ ਜਾਣ ਨੂੰ, ਤੇ ਜਦੋਂ ਸ਼ਾਮ ਹੋ ਜਾਵੇ ਫਿਰ ਮਾਹੌਲ ਬਣਨ ਦਾ ਵੀ ਜੀ ਕਰ ਜਾਂਦਾ, ਤੇ ਫੰਕਸ਼ਨ ਕਰਕੇ ਫਿਰ ਆਪਾਂ ਆਪਣਾ ਚੱਲ ਜਾਂਦੇ। ਅੱਛਾ, ਸ਼ਾਮ ਨੂੰ ਕਿਹੜਾ ਮਾਹੌਲ ਬਣਦਾ ਇੱਥੇ? ਮਾਹੌਲ ਜੀ ਅਲੱਗ ਹੀ ਹੈ, ਹਰੇਕ ਜਗ੍ਹਾ ਦਾ ਮਾਹੌਲ ਦੇਖ ਲਿਓ ਤੁਸੀਂ, ਹੋਸਟਲ ਦੇ ਅੰਦਰ ਦਾ, ਬਾਹਰ ਦਾ, ਸਾਰੇ ਬੈਠੇ ਨੇ, 8-8-10-10 ਸਾਲ ਹੋ ਗਏ ਜੀ, ਜਾਣ ਦਾ ਜੀ ਨਹੀਂ ਕਰਦਾ ਜੀ। ਅੱਛਾ, ਤੁਹਾਨੂੰ ਵੀ? 8 ਸਾਲ ਹੋ ਗਏ ਜੀ ਮੈਨੂੰ ਆਪ। ਅੱਛਾ। ਹਾਂਜੀ, ਤੇ ਹੁਣ ਵੀ ਇੱਥੇ ਰਹਿੰਦੇ ਹੋ? ਹਾਂਜੀ, ਆ ਜਾਂਦੇ ਲੋਕਲੀ ਹੈ ਜੀ ਵੈਸੇ ਤਾਂ ਇੱਧਰ। ਅੱਛਾ ਜੀ, ਤੇ ਸਾਰਾ ਦਿਨ ਆ ਕੇ ਕਰਦੇ ਕਿਉਂ ਹੋ ਯਾਰ? ਇੱਥੇ ਦੋਸਤ ਮਿਲ ਜਾਂਦੇ ਨੇ ਵਧੀਆ, ਗੱਲਾਂ ਬਾਤਾਂ ਮਾਰੀ ਜਾਂਦੇ ਆ, ਤੇ ਆਪਣਾ ਬਸ ਮਾਹੌਲ ਬਣ ਜਾਂਦਾ, ਭਰਾਵਾਂ ਨਾਲ ਮਿਲ ਜਾਂਦੇ ਆ, ਹੋਰ ਤਾਂ ਕੁਛ ਨਹੀਂ ਹੈ ਜੀ। ਸਾਰਿਆਂ ਨੂੰ ਬਾਦ ਇਹੀ ਮਾਹੌਲ ਬਣਾਉਂਦਾ, ਸ਼ਾਮ ਨੂੰ ਵੀ ਇਹ ਨਹੀਂ ਮਾਹੌਲ ਬਣਾਉਣਾ। ਕਿਵੇਂ ਬਣਾਉਂਦੇ ਹੋ ਮਾਹੌਲ? ਹੁਣ ਵੀ ਬਣਾ ਦਿਓ ਥੋੜਾ ਜਿਹਾ ਮਾਹੌਲ, ਤਾਂ ਬਸ ਫਿਰ ਸ਼ਾਮ ਦਾ ਟਾਈਮ ਦਾ ਪਤਾ ਲੱਗ ਜਾਂਦਾ ਨਾ ਫਿਰ, ਕਿ ਹਾਂ ਚੂ ਦੋਹੇ ਚੀਜ਼ਾਂ ਚੜਦੀਆਂ, ਚਾਹ ਘੱਟ ਦੋਹੇ ਚੀਜ਼ਾਂ ਜ਼ਰੂਰੀ ਹੈ। ਚਾਹ ਤੇ ਚੂ, ਚੂ ਕੀ ਹੈ? ਉਹ ਹੈ ਜੀ ਇੱਕ ਵਧੀਆ ਬਹੁਤ ਸੋਹਣੀ ਚੀਜ਼ ਹੈ ਜਿਹਨੂੰ ਕੀ ਕਹਿੰਦੇ ਸਾਡਾ, ਮਤਲਬ ਇਹ ਜ਼ਰੂਰੀ ਹੁੰਦਾ ਹਰੇਕ ਲਈ, ਤੇ ਕਿਸੇ ਨੂੰ ਪਤਾ ਹੈ ਕਿਸੇ ਨੂੰ ਪਤਾ, ਪਰ ਪਿੰਡ ਵਾਲਿਆਂ ਨੂੰ ਜ਼ਿਆਦਾ ਪਤਾ ਹੈ ਚਾਹ ਚੂ। ਚਾਹ ਤੇ ਚੂ ਕੀ ਹੈ ਭਈ, ਦੱਸੋ ਮੈਨੂੰ। ਤੁਸੀਂ ਕਮੈਂਟ 'ਚ ਪੁੱਛ ਕੇ ਦੇਖਿਓ, ਸਾਰੇ ਦੱਸ ਦੇਣਗੇ ਕਮੈਂਟ 'ਚ, ਦੱਸਣਗੇ ਸਾਰੇ ਭਈ। ਸਾਰਿਆਂ ਨੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਹੈ ਕਿ ਚਾਹ ਤਾਂ ਮੈਨੂੰ ਪਤਾ ਹੈ, ਪਰ ਇਹ ਚੂ ਦਾ ਕੀ ਮਤਲਬ ਹੁੰਦਾ ਹੈ, ਹੈ ਨਾ? ਜ਼ਰੂਰ ਦੱਸਿਓ। ਅੱਛਾ, ਤੇ ਤੁਸੀਂ ਨਹੀਂ ਦੱਸਣਾ, ਤੇ ਇਹ ਦੱਸ ਦਿਓ ਕਿ ਚੂ ਦੇ ਨਾਲ ਚਾਹ ਕਿਹੜੀ ਪਸੰਦ ਕਰਦੇ? ਚਾਹ ਤਾਂ ਫਿਰ ਜੀ ਜਦ ਤੱਕ ਮਿੱਠੀ ਚਾਹ ਨਾ ਹੋਣ ਨਾਲ ਫਰਕ ਹੀ ਨਹੀਂ ਪੈਂਦਾ ਸਾਨੂੰ, ਤਾਂ ਗੁੜ ਵਾਲੀ ਚਾਹ ਵਧੀਆ ਲੱਗਦੀ ਹੈ, ਗੁੜ ਵਾਲੀ। ਇਹ ਤਾਂ ਮੈਨੂੰ ਸਮਝ ਆ ਰਹੀ ਹੈ ਚੂ ਹੈ ਕੀ। ਹਾਂ ਸੁਣ, ਹਰ ਨੂੰ ਪਤਾ ਹੁੰਦਾ ਜੀ, ਦੱਸਦਾ ਕੋਈ ਕੋਈ ਆ, ਹੌਲੀ ਹੌਲੀ ਪਤਾ ਚੱਲ ਰਿਹਾ, ਜਿਵੇਂ ਤੁਸੀਂ ਗੁੜ ਵਾਲੀ ਚਾਹ ਦੇ ਸ਼ੌਕੀਨ ਹੋ ਨਾ, ਫਿਰ ਪਤਾ ਚੱਲ ਰਿਹਾ ਕਿ ਕਿਹੜੀ ਉਹ ਹੈ। ਪਸੰਦ ਆਈ ਹੈ ਕੋਈ ਕੁੜੀ? ਦਿਲ ਦੁਲ ਤਾਂ ਟੁੱਟੋ ਹੋਏਗਾ ਯਾਰ ਯੂਨੀਵਰਸਿਟੀ ਦੇ ਵਿੱਚ ਜੀ, ਸਾਰਿਆਂ ਦੇ ਹੀ ਟੁੱਟੇ, ਸਾਰੇ ਸਿੰਗਲ ਤੁਰੇ ਫਿਰਦੇ ਆ ਇੱਥੇ, ਸਵੇਰੇ ਜੁੜ ਜਾਂਦਾ ਸ਼ਾਮ ਨੂੰ ਟੁੱਟ ਜਾਂਦਾ। 6 ਵਜੇ ਤੋਂ ਬਾਅਦ ਤਾਂ ਜੀ ਬਹੁਤ ਬੁਰਾ ਹਾਲ ਹੁੰਦਾ, ਔਖਾ ਹੋ ਜਾਂਦਾ ਜੀ। ਕਿਉਂ 6 ਵਜੇ ਤੋਂ ਬਾਅਦ ਕੀ ਹੁੰਦਾ? ਯਾਦ ਆਉਂਦੀਆਂ ਨਾ, ਫਿਰ ਮਿਸ ਕਰਦੇ ਨੇ, ਫਿਰ ਯਾਦ ਦਾ ਅਸਰ ਹੋ ਜਾਂਦਾ ਜੀ ਥੋੜਾ ਜਿਹਾ ਨਾ, ਯਾਦ ਆ ਜਾਂਦੀ ਹੈ, ਹੋਰ ਤਾਂ ਕੁਝ ਨਹੀਂ, ਚੂ ਦਾ ਅਸਰ ਹੋ ਜਾਵੇ ਫਿਰ ਤਾਂ ਔਖਾ ਹੋ ਜਾਂਦਾ। ਅੱਛਾ, ਮੈਨੂੰ ਦੱਸੋ ਫਿਰ ਸਾਰਿਆਂ ਦਾ ਦਿਲ ਟੁੱਟਿਆ ਇੱਥੇ, ਹਾਂ, ਫਿਰ ਇੱਕ ਦੂਸਰੇ ਨੂੰ ਕਿਵੇਂ ਉਹ ਕਰਦੇ ਹੋ? ਸਾਡੇ ਭਰਾ ਹੈ ਜੀ, ਬਸ ਸਾਨੂੰ ਸਾਂਭਣ ਵਾਲੇ। ਅੱਛਾ, ਕਿਵੇਂ ਸਾਂਭਦੇ ਨੇ ਭਰਾ? ਜਿਵੇਂ ਰੋਣ ਲੱਗਦੇ, ਗੱਲ ਲਾ ਲੈ ਮੇਰੀ, ਬਸ ਛੱਡ, ਲਾਈਓ ਜਰਾ ਗੱਲ ਲਾ ਕੇ ਦਿਖਾਈਏ। ਬਹੁਤ ਲਾਉਂਦੇ ਜੀ ਅਸੀਂ ਤਾਂ, ਬਹੁਤ ਜ਼ਿਆਦਾ ਗੱਲ ਲਾਉਂਦੇ, ਉਹ 6 ਵਜੇ ਤੋਂ ਬਾਅਦ ਗਾਲੇ ਲਾਉਂਦੇ ਫਿਰ ਅਸੀਂ। ਅੱਛਾ, ਫਿਰ ਹੌਲੀ ਹੌਲੀ ਗੱਲ ਲਾਉਣਾ ਵੀ ਪੈਂਦੇ ਨੇ, ਗਲੋ ਲਾਉਣੇ ਵੀ ਪੈਂਦੇ ਨੇ ਫਿਰ ਹੌਲੀ ਹੌਲੀ ਕਰਕੇ। ਹਾਂਜੀ, ਤਾਂ ਵਿਆਹ ਵੀ ਵੀ ਇੱਥੇ ਹੀ ਕਰਾ ਕੇ ਜਾਓਗੇ? ਇੱਥੇ ਜੀ, ਇੱਥੇ ਹੋਇਆ ਹੀ ਵਿਆਹ ਦਾ, ਚਲਦੀ ਹੈ। ਕਿੰਨੇ ਸਾਲਾਂ ਦਾ ਰਿਲੇਸ਼ਨ ਸੀ? ਮੇਰਾ 8 ਸਾਲਾਂ ਦਾ ਰਿਲੇਸ਼ਨ ਸੀਗਾ। ਫੇਰ ਤਾਂ ਭਾਬੀ ਪੱਕਾ ਪੀਯੂ ਦੀ ਹੋਏਗੀ? ਨਹੀਂ ਨਹੀਂ, ਪੀਯੂ ਦੀ ਨਹੀਂ ਸੀ, ਉਹ ਤਾਂ ਸਕੂਲ 'ਚ ਹੁੰਦਾ ਥਾ, ਇਹ ਭਾਬੀ ਹੈ ਕੈਨੇਡਾ ਦੀ। ਅੱਛਾ। ਹਾਂਜੀ, ਤੇ ਫਿਰ ਵਾਪਸ ਬੁਲਾ ਲਈ ਜੀ ਕੈਨੇਡਾ ਤੋਂ। ਭਾਬੀ ਵਾਪਸ? ਹਾਂਜੀ। ਕਿਉਂ?
मतलब की वधिया है हाउस वाइफ ने ते बिजनेस है अपना उत्थे जाने आ बिजनेस ते बैठदे आ ते आप इत्थे हुंने आ तुहाडा मूड बहुत खराब है यार मूड सेट करो अपने दोस्त दा यार किवें सेट करोगे तुसीं ओ कर सकदे जी अपना कर नहीं सकदे किवें सेट करा मैनू दसो किवें सेट हां जी दसो बहुत मूड खराब है ना ना ठीक है ठीक है शर्माना नहीं है यार दस शर्मा रहे हो यार रोना आ रहा है ना ना शर्मा रहे नहीं हां सेलू नु फोन लाइए तुहाडी ना सेली सुली करनी है कोई सेली है नहीं क्यों ब्रेकअप हो गया ना जी साडा भरा मंगया बाप नहीं अरे वाह मंगे होए मैं रोको रुको हां जी छेती रोका क्यों करा लिया की होया बस कर दे कर देने क्या न्याणा बड़ा हो गए उन्हें तो फटाफट करा दी नहीं तो हाथों लंघ जाना इन्हें अच्छा फिर भाभी जी की कर देने भाभी जी करे अच्छा तो तुसी इत्थे मजे ना ना मजे दे कितने स्टडी कर रहे हैं हाँ वही एंजॉय है तुसी कर दिया ना पाना लागे भाभी नु तो नहीं मिलन चले सी इन्हां नु पागल बना रहे हो नहीं नहीं ये नहीं जानता उन्हां दे पिंड अच्छा हाँ जी भाभी सोनी है पसंद है और तो नहीं कोई पसंद नहीं नहीं अच्छा। सच्चे प्यार कर दे यार ये अच्छा तो आने सच्चा प्यार होया नहीं कभी सानू तो जी झूठा भी नहीं की गल है प्यार तो इतने दूर क्यों बस जी क्या करिए धोखे बाजण होंदी है सारी बड़ी टोर शोर कट के आए हो यार त्यार शर हो के आए हो लब्बी कोई हां जी दस के दस लब ली जी कौन लब्बी ਤੁਸੀਂ ਲੱਭੇ ਸੀ ਫਿਰ ਆਏ ਕਿਉਂ ਨਹੀਂ ਗੱਲਬਾਤ ਕਰਨ ਦੇ ਲਈ ਸ਼ਰਮਾ ਗਏ ਪਿੱਛੇ ਕਿਉਂ ਲੁੱਕ ਕੇ ਬੈਠੇ ਹੋ ਸ਼ਰਮਾ ਗਏ ਸੀ ਅੱਛਾ ਸ਼ਰਮ ਆਂਦੇ ਵਿਚਾਰੇ ਨੂੰ ਸਹੀ ਗੱਲ ਹੈ ਅੱਛਾ ਅੱਛਾ ਪੀਯੂ ਚ ਪੜਦੇ ਹੋ ਕੀ ਕਰਦੇ ਹੋ ਇਹ ਰਹਿਦੇ ਇਹ ਤਾਂ ਸਮਝ ਗਏ ਹੋ ਗਈ ਪੜ੍ਹਾਈ ਕੰਪਲੀਟ ਅੱਛਾ ਕਿੰਨੇ ਸਾਲ ਪਹਿਲੇ ਕੰਪਲੀਟ ਹੋ ਗਈ ਸੀ ਪੜ੍ਹਾਈ 2018 2018 ਚ ਹੋ ਗਈ ਸੀ ਤੇ ਹੁਣ ਕੀ ਕਰਦੇ ਪਏ ਹੋ ਹੁਣ ਐਸ਼ ਘੁੰਮਦੇ ਫਿਰੇ ਹਾਂ ਯਾ ਪੀਯੂ ਚ ਕਿਵੇਂ ਕੋਈ ਐਸ਼ ਟੀਚਰ ਨੂੰ ਦੇਖਦੇ ਪਏ ਲੈਕਚਰ ਸਹੀ ਲੈਂਦੇ ਪਏ ਕਿ ਨਹੀਂ ਲੈਂਦੇ ਪਏ ਅੱਛਾ ਵੇਲੇ ਸੀ ਤੇ ਇੱਧਰ ਆ ਗਏ ਵੇਲੇ ਸੀ ਤੇ ਇੱਧਰ ਆ ਗਏ ਅੱਛਾ ਸਾਰੇ ਵੇਲੇ ਹੋ ਸਾਰੇ ਦੇ ਸਾਰੇ ਲੱਗਦੇ ਤਾਂ ਨਹੀਂ ਯਾਰ ਜਿੰਨੇ ਮਹਿੰਗੇ ਕੱਪੜੇ ਪਾਏ ਲੱਗਦੇ ਤਾਂ ਨਹੀਂ ਸਾਰੇ ਵੇਲੇ ਹੋਗੇ ਵੇਲੇ ਹੀ ਆ ਵੇਲੇ ਆ ਸਾਰੇ ਵੇਲੇ ਵੇਲੇ ਰਹਿ ਕੇ ਐਸ਼ ਕਰਦੇ ਨਾ ਤਾਂ ਮਹਿੰਗੇ ਪੈਸੇ ਕਿਧਰੋਂ ਆਉਂਦੇ ਨੇ ਇੰਨੇ ਪੈਸੇ ਰੱਬ ਦਿੱਤੀ ਜਾਂਦਾ ਯਾਰ ਨਜ਼ਾਰੇ ਲਿੱਤੀ ਜਾਂਦਾ नजारे लुटो वधिया